ਹੁਣ ਅਸੀਂ ਇਸ ਵੇਲੇ ਖੰਨਾ ਤੋਂ ਚੰਡੀਗੜ੍ਹ ਨੂੰ ਜਾ ਰਹੇ ਹਾਂ ਔਰ 16 ਜਨਵਰੀ 2024 ਹੈ। ਬੜਾ ਸ਼ਾਨਦਾਰ ਮਾਹੌਲ ਹੈ ਅਤੇ ਹਾਲਤ ਇਹ ਹੋਈ ਪਈ ਹੈ ਕਿ ਠੰਡੀਆਂ ਠੰਡੀਆਂ ਛਾਵਾਂ ਮੇਰੇ ਪਿੰਡ ਦੀਆਂ ਅਤੇ ਠੰਡੀ ਠੰਡੀ ਹਵਾ ਪੱਛੋਂ ਦੀ ਚੱਲ ਰਹੀ ਹੈ ਔਰ ਹੁਣ ਇਸ ਵਕਤ ਅਸੀਂ ਤਕਰੀਬਨ ਸਰਹੰਦ ਦੇ ਨੇੜੇ ਪਹੁੰਚਣ ਵਾਲੇ ਹਾਂ। ਇੰਨੇ ਸਰਦੀ ਦੇ ਮੌਸਮ 'ਚ ਮੈਂ ਨੋਟ ਕਰ ਰਿਹਾ ਕਿ ਟ੍ਰੈਫਿਕ 'ਚ ਕੋਈ ਫਰਕ ਨਹੀਂ ਪੈਂਦਾ। ਹੁਣ ਅਸੀਂ ਹਾਈਵੇਜ਼ 'ਤੇ ਜਾ ਰਹੇ ਹਾਂ, ਜੀ ਟੀ ਰੋਡ 'ਤੇ, ਜਿਹੜੀ ਅੰਮ੍ਰਿਤਸਰ ਦਿੱਲੀ ਹਾਈਵੇਜ਼ ਹੈ, ਔਰ ਟ੍ਰੈਫਿਕ ਬਿਲਕੁਲ ਓਨੀ ਓ ਚੱਲ ਰਹੀ ਹੈ ਔਰ ਓਨੇ ਲੋਕ ਉੱਧਰ ਜਾ ਰਹੇ ਨੇ ਆ ਰਹੇ ਨੇ, ਕੋਈ ਫਰਕ ਨਹੀਂ ਹੈ, ਕੋਈ ਸਰਦੀ ਦਾ ਫਰਕ ਨਹੀਂ ਹੈ। ਇਹ ਇੱਕ ਇਹਦਾ ਮਤਲਬ ਇਹ ਹੋ ਸਕਦਾ ਵੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਇੰਡੀਆ ਦੀ ਉਹ ਬੜੀ ਸ਼ਾਨਦਾਰ ਹੋ ਰਹੀ ਹੈ ਔਰ ਸੜਕਾਂ ਬੜੀਆਂ ਕਮਾਲ ਦੀਆਂ ਬਣੀਆਂ ਹੋਈਆਂ ਨੇ ਅਤੇ ਕਈ ਵਾਰੀ ਤਾਂ ਫੋਰਨ ਦੀਆਂ ਸੜਕਾਂ ਦਾ ਭੁਲੇਖਾ ਪੈਂਦਾ ਹੈ। ਬਹੁਤ ਸ਼ਾਨਦਾਰ ਇਸ ਵੇਲੇ ਮਾਹੌਲ ਹੈਗਾ।